ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਬੀਰ ਸਿੰਘ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅੱਧਾ ਘੰਟਾ ਸੈਰ ਕਰਨੀ ਆ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਆਪਣੀ ਬਾਡੀ ਹੈਗੀ ਆ ਉਹ ਹਾਰਮੋਨਸ ਰਿਲੀਜ਼ ਕਰਦੀ ਆ ਜਿਹਨੂੰ ਜਿਵੇਂ ਜਿਹਨੂੰ ਖੁਸ਼ੀ ਦੇ ਹਾਰਮੋਨ ਕਹਿੰਦੇ ਆ ਐਂਡੋਰਫਿਨਸ ਡੋਪਾਮੀਨ ਉਹਦੇ ਨਾਲ ਤੁਹਾਡਾ ਮੂਡ ਵੀ ਠੀਕ ਰਹੇਗਾ ਤੇ ਤੁਸੀਂ ਬਲੱਡ ਪ੍ਰੈਸ਼ਰ ਸ਼ੂਗਰ ਵਰਗੀਆਂ ਜਿਹੜੀਆਂ ਨਾਮਰਾਤ ਬਿਮਾਰੀਆਂ ਤੋਂ ਵੀ ਬਚ ਕੇ ਰਹੋਗੇ ਸੋ ਸਾਰਿਆਂ ਨੇ ਜ਼ਰੂਰ ਸਵੇਰੇ ਅੱਧਾ ਘੰਟਾ ਬ੍ਰਿਸਕ ਵਾਕਿੰਗ ਤੇਜ਼ ਜਿਹੜੀ ਸੈਰ ਕਰਨੀ ਆ ਇਹਨੂੰ ਆਪਣਾ ਨਿਤਨੇਮ ਸਮਝੋ ਮਤਲਬ ਜਿਸ ਤਰ੍ਹਾਂ ਨਿਤਨੇਮ ਕਰਦੇ ਆ ਉਸੇ ਤਰ੍ਹਾਂ ਇਹਨੂੰ ਉਸੇ ਭਾਵਨਾ ਨਾਲ ਕਰੋ ਬਹੁਤ ਬਹੁਤ ਧੰਨਵਾਦ।